ਜੇ ਮਸਲਾ ਹੱਲ ਕਰਨਾ ਹੋਵੇ ਨੀਅਤ ਸਾਫ਼ ਹੋਵੇ ਹੋ ਜਾਂਦੇ ਆ ਸਰ ਜੇ ਕੱਲਾ ਐਸਵਾਈਐਲ ਵਾਂਗੂ ਮਸਲਾ ਹੱਲ ਹੀ ਨਹੀਂ ਕਰਨਾ ਵੋਟਾਂ ਵੇਲੇ ਕੱਢਣਾ ਵੀ ਪੰਜਾਬੀਓ ਕੁਰਬਾਨੀ ਲਈ ਤਿਆਰ ਰਹੋ ਜਿਨ੍ਹਾਂ ਨੇ ਇੱਕ ਨੇ ਐਸਵਾਈਐਲ ਦੇ ਸਰਵੇ ਕਰਨ ਦੀ ਇਜਾਜ਼ਤ ਦਿੱਤੀ ਉਹਤੇ ਬਦਲੇ ਗੁਰਗਾਓਂ ਚ ਹੋਟਲ ਨੇ ਉਹ ਚੱਲ ਰਹੇ ਨੇ ਇੱਕ ਨੇ ਚਾਂਦੀ ਦੀ ਕਹੀ ਨਾ ਟੱਕ ਲਾਇਆ ਉਹ ਪਾਣੀ ਦੇ ਰਖਵਾਲੇ ਕਹੋਂਦੇ ਰਹੇ ਅਸਲੀ ਗੱਲ ਤਾਂ ਕਿਸੇ ਨੇ ਦੱਸੀ ਹੀ ਨਹੀਂ ਕਿ ਸਾਡੇ ਕੋਲ ਪਾਣੀ ਹੈ ਨਹੀਂ ਅਸੀਂ ਦੇਈਏ ਕਿੱਥੋਂ ਜਦੋਂ ਮੈਂ ਮੰਤਰੀ ਸਾਹਿਬ ਨੂੰ ਕਿਹਾ ਉੱਥੇ ਜਦੋਂ ਐਸਪੀਐਲ ਦੀ ਮੀਟਿੰਗ ਚੱਲਦੀ ਸੀ ਕਿ ਜੇ ਆਜੋ ਹੈਲੀਕਾਪਟਰ 'ਚ ਬਿਠਾਉਣਾ ਤੁਹਾਨੂੰ ਜਿੱਥੋਂ ਸਤਲੁਜ ਸ਼ੁਰੂ ਹੁੰਦਾ ਹੈ ਤੇ ਜਿੱਥੇ ਤੱਕ ਜਾਂਦਾ ਆਪਾਂ ਸਤਲੁਜ ਦੇ ਉੱਤੇ ਉੱਤੇ ਜਾਵਾਂਗੇ ਜੇ ਤੁਹਾਨੂੰ ਕਿਸੇ ਪਾਸੇ ਵੀ ਉਹ ਦਰਿਆ ਲੱਗਿਆ ਤਾਂ ਮੇਰੇ ਨਾਲ ਗੱਲ ਕਰ ਲਿਓ ਸੂਆ ਬਣ ਗਿਆ ਤਾਂ ਜੀ ਉਹ 'ਚ ਤਾਂ ਪਾਣੀ ਹੈ ਨਹੀਂ ਤੇ ਤੁਸੀਂ ਕਿੱਥੋਂ ਮੰਗੀਆਂ ਨੂੰ ਸਾ ਤੋਂ ਕਹਿੰਦੇ ਇਹਦਾ ਹੱਲ ਮੈਂ ਕਿਹਾ ਏਸੇ ਨਾਮ 'ਚ ਹੀ ਹੱਲ ਹੈ एसवाईएल ਦੀ بجائے YSL ਕਰੋ। ਯਮਨਾ ਸਤਲੁਜ ਲਿੰਕ ਕਰ ਦਿਓ। ਉਹ ਯਮਨਾ ਬੰਗਲਾਦੇਸ਼ ਤੱਕ ਡੋਬ ਦਿੰਦੀ ਐ। ਤੁਸੀਂ ਉਧਰੋਂ ਪਾਣੀ ਹੁਣ ਇੱਧਰ ਨੂੰ ਕਰ ਲਓ। ਅੱਜ ਕੱਲ ਤਾਂ ਲੋਕ ਚੰਨਤੇ ਨਹਿਰਾਂ ਲਜਾਣ ਨੂੰ ਫਿਰਦੇ ਨੇ ਜੀ। ਹੁਣ ਕੋਈ ਥੋੜੀ ਜਿਹਾ ਜੇ ਤੇਲੰਗਣਾ ਵਾਲੇ 100 ਕਿਲੋਮੀਟਰ ਤਹਾਂ ਪਾਣੀ ਚੜਾ ਸਕਦੇ ਨੇ ਆਪਾਂ ਨਹੀਂ ਤੈਨੂੰ ਲੈ ਸਕਦੇ ਜੀ। ਸਾਡੇ ਸਾਢੇ 7 ਸਤਲੁਜ ਨੂੰ ਵੀ ਪਾਣੀ ਦਿਓ। ਫਿਰ ਕੋਈ ਜਵਾਬ ਨਹੀਂ ਸੀ ਜੀ ਉਹਨਾਂ ਕੋਲੇ। ਇਹ ਤੋਂ ਪਹਿਲਾਂ ਇਹੋ ਜਿਹਾ ਜਵਾਬ ਦਿੱਤੇ ਹੀ ਨਹੀਂ ਜੀ। ਬਸ ਆਹੀ ਵੋਟਾਂ ਵੇਲੇ ਤਿਆਰ ਰਹੋ। ਕੁਰਬਾਨੀਆਂ ਲਈ ਤਿਆਰ ਰਹੋ। ਕੁਰਬਾਨੀਆਂ ਲਈ ਤਿਆਰ ਰਹੋ। ਕਾਹਦੀ ਉਹਨਾਂ ਨੂੰ ਕੁਰਬਾਨੀ ਦਾ ਨਾ ਮਤਲਬ ਹੀ ਨਹੀਂ ਪਤਾ ਜੀ ਜਦੋਂ ਜਦੋਂ ਕਿਸਾਨਾਂ ਨੇ ਕਿਸਾਨਾਂ ਨੇ ਐਡੀ ਵੱਡੀ ਮੂਵਮੈਂਟ ਖੜੀ ਕਰ ਲਈ ਤਾਂ ਅਸਤੀਫਾ ਦੇਣਾ ਪਿਆ ਹਰ ਸਿਮਰਤ ਕੌਰ ਨੂੰ ਬਾਅਦ ਚ ਕਹਿੰਦੇ ਦੇਖੋ ਕਿੱਡੀ ਵੱਡੀ ਕੁਰਬਾਨੀ ਹੈ ਕੇ ਅਸੀਂ ਅਸਤੀਫਾ ਦਿੱਤਾ ਸਰ ਕੁਰਸੀ ਛੱਡਣ ਨੂੰ ਵੀ ਕੁਰਬਾਨੀ ਕਹਿਣ ਲੱਗ ਗਏ ਇਹ ਸੋ ਇੱਥੋਂ ਹੀ ਸਿੱਧ ਹੁੰਦਾ ਹੈ ਕਿ ਲੋਕ ਪੰਜਾਬ ਦੇ ਕਦੇ ਵੀ ਹਤਾਸ਼ੀ ਨਹੀਂ ਰਹੇ ਤਾਜ਼ਾ ਅਪਡੇਟਸ ਵਾ ਬੜੀ ਖਬਰੋਆਂ ਕੇ ਲੀ ਸਬਸਕ੍ਰਾਈਬ ਕਰੇ ਅਧ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਉਣਾ ਨਾ ਭੁੱਲੇ